ਫਾਈਨਲੀ ਅਸਾਂ ਤੱਕਣੇ ਸੋ ਜੀ ਗਜਰੇਲਾ ਤਿਆਰ ਹੋ ਗਿਆ ਖੋਇਆ ਸ਼ੋਇਆ ਅਸੀਂ ਲਈ ਆ ਹੁਣ ਪਿੰਡੇ ਬਹਿ ਰਹੇ ਅਸੀਂ ਹੁਣ ਟੇਸ ਕੱਸਣਾ ਕਿ ਬੰਤੀ ਕੈਸੀ ਹੈ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਕਰਨਾ ਸਾਹਿਬ ਜੀ ਠਾਕੁਰ ਸੋ ਖੁਸ਼ ਬਾਦਸ਼ਾਹ ਸੋ ਤਾਲਾ ਹਿਰ ਸੋ ਅਮਾਨ ਸੋ ਮੈਂ ਰਾਸ਼ਿਦ ਸ਼ਬੀਰ ਸੋ ਤੱਕ ਜੋ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸਾਡੀ ਖਿਦਮਤ ਫਿਰ ਹਾਜ਼ਰ ਅੱਜ ਨਵੀਂ ਵੀਡੀਓ ਕਰਨ ਦਾ ਬੈਕ ਸਾਹਿਬ ਸੋ ਤੱਕਣੇ ਸੋ ਜੀ ਅੱਗੇ ਬੈਠੀ ਆ ਦੇਗਾ ਪਾਪਾ ਉਹ ਲੱਗੇ ਹੋਏ ਦੇਗਾ ਸ਼ਾਂ ਪਖਾਈ ਰਹੇ ਦੇਗਾ ਸ਼ਾਂ ਬਣਾਈ ਰਹੇ ਮਾਸ਼ਾ ਅੱਲਾਹ ਤੱਕ ਜੀ ਦੇਖ ਤਾਂ ਉੱਧਰ ਵੀ ਦੇਖ ਠੀਕ ਵੀ ਆ ਯਾਨੀ ਕਿ ਅੱਜ ਅਸਾਂ ਮੌਜੂਦ ਹਾਂ ਜੀ ਟੈਂਟ ਹੈ ਟੈਂਟ ਕਿਹੜਾ ਆ ਜੀ ਅਲ ਮਸ਼ਹੂਰ ਮਾਵਾਂ ਜੀ ਟੈਂਟ ਸਰਵਿਸ ਇਹ ਨੰਬਰ ਸ਼ੰਬਰ ਲਿਖਿਆ ਜੀ ਅਗਰ ਕਿਸੇ ਬੰਦੇ ਰਾਬਤਾ ਕਰਨਾ ਹੋਇਆ ਉਹ ਇੱਥੇ ਰਾਬਤਾ ਕਰੀ ਸਕਣਾ ਉਹਦਾ ਖਾਨੂ ਕਾ ਵਾਹਿਦ ਮਰਕਜ਼ ਤਾਂ ਬੈਕ ਸਾਹਿਬ ਅਸਾਂ ਤੱਕਣੇ ਉਸ ਵੇਲੇ ਸਾਡੇ ਪਾਪਾ ਔਰ ਇੱਥੇ ਲੱਗੇ ਹੋਏ ਕੰਮ ਸ਼ਾਮ ਕਰੀ ਰਹੇ ਅਸਲਾਮ ਵਾਲੇਕਮ ਵਾਲੇਕਮ ਸਲਾਮ ਜੀ ਕੀ ਹਾਲ ਹੈ ਜੀ ਠੀਕ ਹੋ ਕੀ ਨਾਮ ਹੈ ਮਾਲੀ ਪ੍ਰੋਬਲਮ ਜੀ ਮਾੜਾ ਨਾਮ ਅਦਨਾਨ ਹੈ ਅਦਨਾਨ ਜੀ ਕਿਹੜੀ ਜਗ੍ਹਾ ਤੋਂ ਜੀ ਪਲੋਟਾਂ ਤੋਂ ਪਲੋਟਾਂ ਤੋਂ ਕੀ ਬਣਾਈ ਰਹੇ ਅੱਜ ਜੀ ਅੱਜ ਦੇਗਾ ਸ਼ਰ ਬਣਾਏ ਦੇ ਆਰਡਰ ਲੱਗਿਆ ਸ਼ਾਦੀ ਨਾਲ ਮਾਸ਼ਾਅੱਲਾ ਠੀਕ ਹੈ ਟਮਾਟਰ ਸ਼ਮਾਟਰ ਕੱਟਨੇ ਪਏ ਹੁਣ ਥੋੜ੍ਹੀ ਦੇਰ ਹੀ ਦੇਗਾ ਲੱਸਾਂ ਠੀਕ ਹੈ ਅਤੇ ਪਕਾ ਕੇ ਸੈਟਿੰਗ ਸ਼ੈਟਿੰਗ ਹੋਈ ਆ ਉਹ ਵੀ ਤੁਸੀਂ ਦੱਸੀ ਗਿਆ ਸੀ ਆਰਡਰ ਕਿਹ ਜਾ ਲਗਾਇਆ ਆਰਡਰ ਲਗਾਇਆ ਵੈਲੀ ਬਠਾ ਵੈਲੀ ਬਠਾ ਮਤਲਬ ਕਿ ਬੜੇ ਦੂਰ ਲਗਾਇਆ ਡਿਡਿਆਲ ਆਖਰੀ ਕੋਨਾ ਆਖਰੀ ਕੋਨਾ ਆ ਸਿਰਫ ਅਨੇ ਵਿਊ ਥਾ ਹੋਣਾ ਜਿਹੜਾ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਜ਼ਬਰਦਸਤ ਵਿਊ ਹੈ ਤੇ ਇਨਸ਼ਾਅੱਲਾ ਵਿਊ ਨਹੀਂ ਤਾਂ ਰਹੀ ਸੈਟਿੰਗ ਵੀ ਦੇਸਾਂ ਤਾਂ ਕਿਤਨਾ ਦੇਗਾ ਨਾ ਆਰਡਰ ਹੈ ਤਕਰੀਬਨ 350 ਬੰਦੇ ਦਾ 350 ਬੰਦੇ ਦਾ ਜੀ ਤਾਂ ਕਿਤਨਾ ਦੇਗਾ ਲੱਗਣਾ ਫਿਰ ਤਕਰੀਬਨ ਲੱਗੀ ਜਾਸਨ ਕੋਈ 12 13 ਦੇਗਾ ਲੱਗੀ ਜਾਸਨ ਤਿੱਖਾ ਬੋਟੀ ਹੈ ਕਬਾਬ ਹੈ ਠੀਕ ਹੈ ਦਹੀਂ ਸਲਾਦ ਹੈ ਰਾਇਤਾ ਬੋਤਲਾਂ ਠੀਕ ਹੈ ਮਤਲਬ ਅੱਛਾ ਮਿਆਰ ਹੋ ਸੀ ਮਿਆਰ ਅੱਛਾ ਹੋ ਸੀ ਯਾਨੀ ਕਿ ਫੁੱਲ ਹਾਲਾਂ ਵਾਲਾ ਸਿਸਟਮ ਜਿਹੜਾ ਸੀ ਨਾ ਕਾਰ ਹੋ ਸੀ ਹੈ ਦੇਸੀ ਮੌਲ ਵੀ ਇਨਸ਼ਾਅੱਲਾ ਅੱਛਾ ਜਿਹੜਾ ਮਿਆਰ ਦੇਸਾਂ ਠੀਕ ਹੈ ਤਾਂ ਇਸ ਲਈ ਕੀ ਕਰੀ ਰਹੇ ਹੋ ਇਸ ਟਾਈਮ ਟਮਾਟਰ ਕੱਟਣੇ ਵੀ ਕਿਸ ਵਸਤੇ ਇਹ ਜਨਾਬ ਬਿਰਿਆਨੀ ਗਿਲਾਸ ਹੈ ਅੱਛਾ ਬਿਰਿਆਨੀ ਗਿਲਾਸ ਹੈ ਤਾਂ ਦੇਗਾ ਟੀਆਂ ਹੋ ਇਸ ਲਈ ਜੀ ਦੇਗਾ ਤਿਆਰ ਤਾਂ ਬਾਕੀ ਉਹਨਾਂ ਜੁਲੇ ਆ ਜੀ ਦੇਗਾ ਪਰ ਤਦ ਸੰਗੀ ਥੋੜਾ ਚੈੱਕ ਕਰਾਉਣੇ ਇੱਥੇ ਸਿਸਟਮ ਕੇ ਦੇਗਾ ਤਿਆਰ ਕਿਸੇ ਕੀਤੀ ਜਾਣੀ ਚਾਵਲ ਤਾਂ ਵਾਈਟ ਦੱਸਾਂ ਪਿਆ ਉਸਤਾਦ ਜੀ ਸਾਹ ਬਿਰਿਆਨੀ ਨਾ ਦੇ ਜੀ ਚਾਵਲ ਜਿਹੜੇ ਹੈਗੇ ਉਹ ਇਸ ਬਤਰਾ ਹੀ ਬਹਿ ਰਹੇ ਸਾਰੇ ਚਾਵਲ ਦੂਰ ਕਰਸਨ ਹੈ ਇਸ ਬਤਰਾ ਸਰਸਨ ਹੈ ਇਧਰੋਂ ਬਾਕੀ ਨਾਲ ਜਿਹੜੀ ਗ੍ਰੇਵੀ ਸ਼ੇਵੀ ਬਣਾਈ ਵੀ ਆ ਨਾ ਉਹ ਵੀ ਇਸਨੇ ਅੰਦਰ ਸਰਸਨ ਹੈ ਇਸਨੇ ਅੰਦਰ ਬਣ ਗਏ ਚਾਵਲ ਵੀ ਅਤੇ ਗ੍ਰੇਵੀ ਜਿਹੜੀ ਨਾ ਬਣਾਈ ਆ ਚਿਕਨ ਨੇ ਹੁਣ ਤੂੰ ਚਾਵਲ ਬਾਸਣ ਹੈ ਇਧਰੋਂ ਗ੍ਰੇਵੀ ਸਾਂ ਤੱਕ ਉਹਨਾਂ ਬਿਰਿਆਨੀ ਸ਼ਿਰਿਆਨੀ ਜਿਹੜੀ ਹੈ ਜੀ ਉਹ ਤਿਆਰ ਹੋਈ ਰਹੀ ਹੈ ਮਾਸ਼ਾਅੱਲਾ ਫੁੱਲ ਦੇਸੀ ਮਾਹੌਲ ਵਿੱਚ ਹਾਏ ਹਾਏ ਮੈਂ ਸਵਾਦ ਆ ਜਾਸੀ ਆ ਜਾ ਬੰਦਾ ਖਾਸੀ ਆ ਸ਼ਾਦੀ ਵਜਾ ਜਾ ਜਾਸੀ ਨਾ ਜੀ ਅਸੀਂ ਕਿ ਸਵਾਦ ਆ ਜਾਸੀ ਆ ਸਾਈਕ ਦੀਆਂ ਦੇਗਾਈਆਂ ਬਿਰਿਆਨੀ ਦੀਆਂ ਦੋ ਦੇਗਾਈਆਂ ਤਾਂ ਇਹ ਇੱਕ ਦੇਗ ਤਿਆਰ ਹੋਣੀ ਵੀ ਦੋ ਹੀ ਆ ਇੱਕੋ ਹੈ ਜੀ ਅਤੇ ਗ੍ਰੇਵੀ ਜਿਹੜੀ ਬਣਤੀ ਉਸੇ ਜ਼ਿਆਦਾ ਦੋ ਵਾਸਤੇ ਹੈ ਨਾ ਹਾਂਜੀ ਠੀਕ ਹੋ ਗਿਆ ਬਾਕੀ ਚਾਵਲ ਜਿਹੜੇ ਨੇ ਜੀ ਉਹ ਇੱਕ ਦੇਗ ਨੇ ਅਤੇ ਇਹ ਜਿਹੜੀ ਗ੍ਰੇਵੀ ਹੈ ਨਾ ਜੀ ਇਹ ਦੋ ਦੇਗਾਈਆਂ ਆ ਵੇਖੋ ਹੁਣ ਤੁਸੀਂ ਇੱਕ ਦੇਗ ਜਿਹੜੀ ਹੈ ਨਾ ਜੀ ਬਿਰਿਆਨੀ ਉਹ ਹੁਣ ਫੁੱਲ ਤਿਆਰ ਹੈ ਅਤੇ ਚਾਵਲ ਸ਼ਾਵਲ ਬਾਈ ਤੁਸੀਂ ਮਿਕਸ ਵੀ ਕਰ ਸੋ ਜਾਂ ਕਿਆ ਅਤੇ ਦਮੇ ਅਤੇ ਲਾਸਨ ਜੀ ਮਾਸ਼ਾਅੱਲਾ ਹੁਣ ਮੈਂ ਰੱਖ ਚਾਵਲਾਂ ਹੀ ਖੜਾਂਗੇ ਜੀ ਦਮੇ ਆਪਣੀ ਨਹੀਂ ਰੱਖ ਸਕਦਾ ਚਾਵਲ ਜਿਹੜੀ ਅੱਧਾ ਘੰਟਾ ਰੱਖ ਸਕਦਾ ਦਮੇ ਚਾਵਲ ਜਿਹੜੇ ਹਨ ਜੀ ਬਿਰਿਆਨੀ ਜਿਹੜੀ ਹੈ ਕਰਾਚੀ ਉਹ ਤਿਆਰ ਹੋ ਜਾ ਸੀ ਉਹ ਚਾਵਲਾ ਆ ਹੀ ਰਿਹਾ ਉਸਤਾਦ ਰਹਿਣ ਨਹੀਂ ਰਹੇ ਅਸੀਂ ਸਾਫ਼ ਕਰੀ ਦਾ ਬਾਕੀ ਆਹ ਟਮਾਟਰ ਵੀ ਆ ਗਏ ਮੈਦਾਨ ਵਿੱਚ ਬਿਰਿਆਨੀ ਵਾਸਤੇ ਟਮਾਟਰ ਸ਼ਮਾਟਰ ਹੁਣ ਬਾਈ ਰਹੇ ਉੱਪਰ
ਪਾਵਾਂਗਾ। ਟਮਾਟਰ ਪੈ ਗਏ, ਸਾਰੀ ਬਿਰਿਆਨੀ ਪਰ ਛਾਵੜਾ ਬਣ ਕੇ ਪਿਆ। ਦਮੇ ਪਰ ਲੱਗੀ ਗਿਆ ਹੋਣਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਸਾਹਿਬ, ਕੀ ਹਾਲ ਹੈ? ਠੀਕ ਹੋ? ਸਰ ਠੀਕ ਹੈ, ਅੱਗਾ ਮੈਂ ਤਾਂ ਕਿਹਾ ਸੀ ਪਾਪਾ ਔਰ ਬਣਾਈ ਰਹੇ ਸਨ ਟਮਾਟਰ ਕੱਟੀ ਦਾ, ਤੇ ਤੁਸਾਂ ਕਿਆ ਬਣਾਈ ਦਿੱਤਾ? ਸ਼ਿਮਲਾ ਮਰਚ ਬੰਦ ਗੋਭੀ ਕੱਟਣਾ ਪਿਆ, ਉਹ ਬਿਰਿਆਨੀ ਮਰੂ ਕਰਾਚੀ ਦੀ ਬਿਰਿਆਨੀ ਬਣਾਣੇ ਪਏ, ਉਹ ਨਾ ਮਰੂ। ਇਸ ਦਾ ਮਤਲਬ ਬਿਰਿਆਨੀ ਵਿੱਚ ਵਲ ਮੇਵੇ ਪੈਣੇ? ਕਿਆ ਕਿਆ ਪੈਣਾ ਹੈ ਬਿਰਿਆਨੀ ਵਿੱਚ? ਇਹ ਹੈ ਕੁਛ ਟੇਸਟ ਦੇ ਕੋਲ ਪੈਣੇ, ਨਿੰਬੂ ਸਿੰਬੂ ਪੈਣੇ। ਠੀਕ ਹੈ ਜੀ, ਨਿੰਬੂ ਪੈਣੇ, ਟਮਾਟਰ ਪੈਣੇ, ਸ਼ਿਮਲਾ ਪੈਣੀ ਹੈ, ਬੰਦ ਗੋਭੀ ਪੈਣੀ, ਹੋਰ ਇਸ ਤੋਂ ਇਲਾਵਾ ਆਲੂ ਸ਼ਾਲੂ ਪੈਣੇ? ਆਲੂ ਪੈਣੇ, ਚਿਕਨ ਪੈਣਾ। ਹਾਂ ਸ਼ਾਹ ਜਿਹੜੀ ਸ਼ਾਹ ਬਹੁਤ ਪਈ ਜਿਹੜੀ ਬਿਰਿਆਨੀ ਵਿੱਚ, ਜਿਤਨਾ ਗੁੜ ਬਣੇ ਜਾ ਸੋ ਉਤਨੀ ਮਿੱਠੀ ਮਿੱਠੀ ਹੋਣੀ ਜਾਸੀ ਹੈ। ਮਾਸ਼ਾ ਅੱਲਾ, ਤਾਂ ਬਿਰਿਆਨੀ ਨਹੀਂ ਦੇਗਾ, ਕਿਤਨਾ ਆਰਡਰ ਹੈ? ਆਰਡਰ ਜੀ 3 ਸਾਰੀ ਬਿਰਿਆਨੀ 3 ਹੀ ਹਾਂ ਜੀ। ਮਤਲਬ ਇਹ ਕਿ ਇੱਕ ਬਿਰਿਆਨੀ ਦੇਗ ਹੈ ਉਹ ਤਕਰੀਬਨ 100 ਬੰਦੇ ਦੀ ਹੋ ਜਾਣੀ ਹੈ? ਹਾਂ ਇਤਨੀ ਹੋ ਜਾਣੀ। ਠੀਕ ਹੈ ਜੀ, ਅੱਜ ਜਸੋਂ ਆਰਡਰ ਲਾਇਆ, ਬੜੇ ਦੂਰ ਜੇ ਲਾਇਆ ਨੇ, ਦੂਰ ਲਾਇਆ ਤਾਂ ਸੋ ਉਧਰ ਤੱਕ ਸੋ ਕੋਈ ਪਤਾ ਚੱਲ ਸੀ ਕਿ ਇਹ ਜਮ ਹੋਲਾ ਉਧਰ ਨਾ ਸਵਾਦ ਅਸੀ ਹੈ, ਸਵਾਦ ਅੱਛੀ ਸਾਹਿਬ, ਸ਼ਾਦੀ ਨਾਲ ਸਵਾਦ ਅਸੀ ਆ, ਵਿਊ ਨਾਲ ਸਵਾਦ ਅਸੀ ਆ, ਉਸ ਤੋਂ ਬਾਅਦ ਖਾਣੇ ਨਾਲ ਸਵਾਦ ਅਸੀ ਆ। ਫਾਈਨਲੀ ਅਸਾਂ ਤੱਕ ਜੀ ਬਿਰਿਆਨੀ ਜਿਹੜੀ ਆਇਆ ਜੀ ਦਮੇ ਪਰ ਆਈ ਗਈ ਹੈ ਨੀਚੇ, ਤਾਂ ਹੁਣ ਅਸੀਂ ਅਸਾਂ ਤੱਕ ਬਿਰਿਆਨੀ ਜਿਹੜੀ ਆਇਆ ਜੀ ਫੁੱਲ ਤਿਆਰ ਹੋ ਗਿਆ, ਟਮਾਟਰ, ਸ਼ਿਮਲਾ, ਬੰਦ ਗੋਭੀ, ਤਾਂ ਨਾਲ ਹੀ ਅਸਾਂ ਤੱਕ ਸਵੇ ਨਾਲ ਪਰ ਕੋਈ ਛੱਡਿਆ ਜੀ ਗ੍ਰੇਵੀ ਛੱਡੀਆ ਨੇ, ਕਿਆ ਛੱਡਿਆ ਨੇ ਉਹ ਅਸੀਂ ਬਾਈ ਨਾਲ ਤਾਂ ਫੁੱਲ ਅਸੀਂ ਕੀ ਤਿਆਰ ਕਰੀ ਉੜਿਆ ਆ। ਹਾਂਜੀ ਉਸਤਾਦ ਜੀ, ਬਿਰਿਆਨੀ ਹੈਗੀ ਹੈ ਤਿਆਰ? ਮੈਂ ਤਾਂ ਹੁਣ ਰੋਣਕ ਸਾਹਿਬ ਬਣਾਈ ਹੋਈ ਆ ਮੇਰੀ ਬਿਰਿਆਨੀ ਨੀ, ਤਾਂ ਇਹ ਕਿਆ ਪਿਆ ਨੇ? ਇਹ ਟਮਾਟਰ ਨਾ ਇਹ ਜਿਹਾ ਰੰਗ ਪਿਆ ਨੇ, ਇਹ ਜ਼ਰਦਾ ਰੰਗ ਹੈ ਆਪਾਂ ਦੇ, ਅੱਛਾ ਜ਼ਰਦਾ ਪਿਆ, ਖਾਸ ਰੰਗ ਹੋਣਾ। ਠੀਕ ਹੈ, ਇਸ ਦਾ ਨਾਮ ਤਾਂ ਬਿਰਿਆਨੀ ਨਹੀਂ ਰੋਣਕ ਹੈ। ਤੱਕੀ ਦੀਆਂ ਦੇਗਾਂ ਪਈਆਂ ਸੁਣਸਾਂ ਬਿਰਿਆਨੀ ਦੀਆਂ, ਇਹ ਦੋ ਦੇਗਾਂ ਹੀ ਦੋ ਦੇਗਾਂ ਜੀ ਬਿਰਿਆਨੀ, ਬਿਰਿਆਨੀ ਹੁਣੇ ਹੈਗੀ ਆ ਫੁੱਲ ਰੈਡੀ, ਇਹ ਕੋ ਤੋ ਕੋ ਸਾਨੂੰ ਪਿੱਛਾ ਦਮੇ ਲੱਗੀ ਗਈ, ਅੱਛਾ ਉਹ ਦਮੇ ਲੱਗੀ ਗਈ, ਉਹ ਫੁੱਲ ਤਿਆਰ ਹੋਣੀ ਪਈ ਆ, ਤਿਆਰ ਹੋ ਗਈ। ਕਸ਼ਮੀਰੀ ਸ਼ਾਦੀ ਹੋਇਆ ਕਸ਼ਮੀਰੀ ਮੰਡੇ ਨਾ ਹੋਣ ਇਹ ਕਿਸੇ ਹੋ ਸਕਣਾ ਜੀ, ਐਸਾਂ ਤੱਕ ਸਾਡੇ ਪਾਪੇ ਲੱਗੇ ਮੰਡਿਆਂ ਵਾਸਤੇ ਪੇਰੇ ਛੇਰੇ ਬਣਾਈ ਰਹੇ, ਕਿਲੋ ਕਿਲੋਆਂ ਦਾ ਪੇਰਾ ਰੱਖਿਆ ਮੈਂ, ਮੰਡਾ ਜਿਹੜਾ ਸੀ ਨਾ ਉਹ ਤਾਂ ਸਹੀ ਤਕੜਾ ਮੰਡਾ ਹੋ ਸੀ। ਹਾਂਜੀ ਉਸਤਾਦ ਜੀ, ਕੀ ਹਾਲ ਹੈ? ਕਿਆ ਨਾ ਮਾੜੇ ਪਾਪੂ ਨਾ ਜੀ? ਕਿਹੜ ਜਾ ਸੂ? ਸਿਆਹ ਤੂੰ ਇੱਥੇ ਆਏ ਹੋ ਹੈ ਮੰਡੇ ਬਣਾਉਣੇ ਸੈ? ਮਾਸ਼ਾ ਅੱਲਾ, ਤਾਂ ਕਿਤੇ ਆਉਣਾ ਮੰਡੀਆਂ ਨਾਲ ਆਪਦੇ ਅੱਜ ਡੇਢ ਮਨ ਜੀ? ਡੇਢ ਮਨ, ਇੱਕ ਮਨ ਡੇਢ ਮਨ ਲਾਉਣਾ, ਕਿਤੇ ਉੱਥੇ ਮੰਡਾ ਲਾਈ ਰਿਹਾ? 15-20 ਤਿਆਰ ਹੋਣੇ ਕਿਸੇ, ਇਤਨਾ ਬੜਾ ਹੀ ਮੁੰਡਾ ਬਣਨਾ ਕਿਸੇ, ਅਸਲ ਚੀਜ਼ ਇਹ ਦਾ ਹੈ। ਇਹ ਦੇਖੋ ਜੀ ਤਵੇ ਤੇ ਆ ਗਿਆ ਮੁੰਡਾ, ਦਸਤੀ ਮੰਡਾ ਪਕਸੀ ਹੈ, ਸਾਡੇ ਕੋਲ ਦੋ ਮੰਡੇ ਅੱਗੇ ਅੱਤੇ ਗਏ, ਤਾਂ ਕੁਝ ਇੱਥੇ ਮੰਡੇ ਤਿਆਰ ਹੋ ਗਏ ਤਾਂ ਕੁਝ ਤਿਆਰ ਹੋਣੇ ਪਏ, ਤਾਂ ਕੰਮ ਜਿਹੜਾ ਹੈ ਜੀ ਉਹ ਨਾ ਕਲੋਜ਼ ਹੀ ਹੈ, ਕਲੋਜ਼ ਹੀ ਆ ਨਾ ਪਾਪਾ ਹੁਣ ਬਸ ਮੁੱਕਣੇ ਵਾਲਾ ਜੀ। ਇਹ ਦੇਖੋ ਮਾਸ਼ਾ ਅੱਲਾ, ਲੋਕ ਮੰਡੇ ਤੇਰੇ ਪਸੰਦ ਕੀਆਂ ਕਰਨੇ, ਮੰਡੇ ਤੇਰੇ ਪਸੰਦ ਕੀਆਂ ਕਰਨੇ ਲੋਕ, ਹਲਕੀ ਫੁਲਕੀ ਹੋਣੀ ਤਾਂ ਦਸਤੀ ਹਜ਼ਮ ਹੋ ਜਾਣੀ ਹੈ, ਤਾਂ ਇਸ ਵਜ੍ਹਾ ਲੋਕ ਜਿਹੜੇ ਜੀ ਮੰਡੀਆਂ ਪਸੰਦ ਕਰਨੇ, ਨਾ ਸ਼ਾਨ ਦਿਓ ਤਾਂ ਉਹਨੇ ਮੰਡੇ ਦਿਓ ਆ, ਨਾ ਸਹੀ ਹਜ਼ਮ ਨਹੀਂ ਹੋਣੇ ਆ। ਇਹ ਉਸਤਾਦ ਭਾਈ ਮੱਖਣ ਕੱਢੀ ਰਹੇ ਜਾਂ ਕਿਆ ਕੱਢੀ ਰਹੇ? ਖੋਇਆ ਹੈ ਜੀ ਜਨਾਬ। ਇਹ ਕਿਆ ਖੋਇਆ? ਖੋਇਆ ਖੋਇਆ, ਇਹ ਤਿਆਰ ਕੀਤਾ ਨਾ ਜਾਂ ਗਜਰੇਲੇ ਵਿੱਚ? ਗਜਰੇਲੇ ਹੀ ਬਸ ਹੋਇਆ ਜੀ, ਮੀਨ ਕਿ ਗਜਰੇਲੇ ਨੇ ਵੀ ਆਰਡਰ ਆਇਆ ਜੀ, ਐਸਾ ਦੇਖੋ ਪਾਪਾ ਹੁਣ ਖੋਏ ਕੀ? ਜੀ 10 ਕਿਲੋ ਖੋਇਆ ਹੈ, ਇਹ 12 ਕਿਲੋ 12 ਕਿਲੋ ਇਹ ਪਾਕਟ ਸੀ ਪੂਰਾ? ਪੂਰੇ ਪਾਕਟ ਦੋ ਸੀ। ਤੁਸੀਂ ਭੰਨੀ ਕਿਵੇਂ ਰਹੇ ਹੋ, ਤਰੋੜੀ ਕਿਵੇਂ ਰਹੇ ਹੋ? ਇਹ ਹੁਣ ਇਸਕੀ ਪਿਘਲਾ ਸਾਂ, ਇਸ ਅੰਡੇ ਬਾਸਾਂ, ਅੰਡੇ ਬਾਰੀ ਤੋਂ ਮੁੜੀ ਫਿਰ ਇਸਕੀ ਮਿਕਸ ਕਰ ਸਾਂ ਗਜਰੇਲੇ ਵਿੱਚ, ਤਾਂ ਗਜਰੇਲੇ ਕਿਹੜੀ ਕਿਹੜੀਆਂ ਵਰਾਇਟੀਆਂ ਪੈਣੀਆਂ ਆ? ਗਜਰੇਲੇ ਵਿੱਚ ਜਨਾਬ ਬਹੁਤ ਆਈਟਮਾਂ ਪੈਣੀਆਂ, ਬਦਾਮ, ਸਬਜ਼ੀ, ਕਾਜੂ, ਖੋਇਆ, ਉਸ ਤੋਂ ਬਾਅਦ ਜਨਾਬ ਜੀ ਦੇਸੀ ਘਿਓ ਬਣੇ ਵਿੱਚ ਜੀ। ਗਜਰੇਲਾ ਖਾਣਾ ਤਾਂ ਅਸੀਂ ਖੋਇਆ ਬਾਈ ਤਾਂ ਖਾਓ, ਨਹੀਂ ਤਾਂ ਖਾਓ ਹੀ ਨਾ, ਇਸ ਤੋਂ ਬਿਹਤਰ ਗਾਜਰਾਂ ਖਾਈ ਗਏ। ਜਦ ਤੱਕ ਤੁਸੀਂ ਪਤਾ ਹੀ ਹੈ ਕਿ ਸ਼ਾਦੀ ਪਰ ਸਿਰਫ ਇੱਕ ਦੇਗ ਨਹੀਂ ਹੋਣੀ, ਇੱਕ ਵਰਾਇਟੀ ਹੋਣੀ ਆ, ਸ਼ਾਦੀ ਜਿਹੜੀਆਂ ਵਰਾਇਟੀਆਂ ਹੋਣੀਆਂ ਉਹ ਡਿਫਰੈਂਟ ਹੋਣੀਆਂ,
ਇਹ ਸੁਣ ਤੱਕ ਹੋਇਆ ਭਾਪਾ ਸਾੜਿਆ ਇਹਨਾਂ ਸੂਹਾ ਸੂਹਾ ਪਤਾ ਨਹੀਂ ਅੰਦਰ ਕਿਆ ਬਹਿਆ ਪਰ ਕਿਆ ਚੀਜ਼ ਆ ਸੂਹੇ ਚਾਵਲ ਹੈ ਜਾਂ ਕਿਆ ਸਹੀ ਕਿਹਾ ਗਜਰੇਲਾ ਮਤਲਬ ਕਿ ਗਾਜਰਾਂ ਦਾ ਹਲਵਾ ਗਾਜਰਾਂ ਤੇ ਅੰਦਰ ਆਈ ਜਾਂ ਪਾਪਾ ਹੋਏ ਸੀ ਅੰਦਰ ਤੇਲ ਛਿਲ ਪਈ ਰਹੇ ਇਹ ਵੇਖੋ ਤੇਲ ਛਿਲ ਪਾਸਨ ਕਿੰਨੇ ਲੀਟਰ ਤੇਲ ਪੈਣਾ ਅੱਜ ਦੇ ਗਾ ਅੰਦਰ ਦੋ ਲੀਟਰ ਤੇਲ ਪੈਣਾ ਜੀ ਗਜਰੇਲੇ ਨੇ ਅੰਦਰ ਗਾਜਰਾਂ ਤਾਂ ਪੈਣੀਆਂ ਜਾਂ ਬਾਕੀ ਹੋਰ ਕਿਹੜੇ ਕਿਹੜੇ ਕੁੱਤੇ ਪੈਣੇ ਗਜਰੇਲੇ ਨੇ ਅੰਦਰ ਤਿਆਰ ਕਰੀ ਦੇ ਅੱਗ ਸਾਗ ਵੀ ਨਾਲ ਕੱਢੀ ਦੇ ਅੱਗ ਤੇਜ਼ ਹੈਗੀ ਆ ਤਾਂ ਇਸੇ ਨੀਚੇ ਹੋ ਜਿਹੜੀ ਅੱਗ ਪੈਣੀ ਆ ਥੋੜੀ ਪੈਣੀ ਆ ਦੁੱਧ ਸ਼ੁੱਧ ਵੀ ਪੈਣਾ ਸਿਲੰਡਰ ਕੋਈ ਦੁੱਧ ਵਗੈਰਾ ਪੈਣਾ ਸਿਲੰਡਰ ਦੁੱਧ ਬਾਕੀ ਕਿੰਨਾ ਟਾਈਮ ਲੈ ਜਾ ਸੀ ਹੋਰ ਤਿਆਰ ਹੋਣੀ ਗਜਰੇਲਾ ਤਿਆਰ ਹੋ ਗਿਆ ਖੋਇਆ ਸ਼ੋਇਆ ਅਸੀਂ ਲਈ ਆ ਹੁਣ ਪੇਟੇ ਬਹਿ ਰਹੇ ਅਸੀਂ ਹੁਣ ਟੇਸ ਕਸਣਾ ਕਿ ਬੰਤੀ ਕੈਸੀ ਹੈ ਪਾਪਾ ਸਾਰੇ ਮਨਾਉਣ ਹਾਂਜੀ ਪਾਪਿਓ ਪਾਸ ਕੀਤਾ ਨੇ ਆਵਾਮ ਵੀ ਪਸੰਦ ਐਸੀ ਹੈ ਦੋਵੇਂ ਪਾਪਰਾਂ ਵੀ ਟੇਸ ਕਰਾਇਆ ਜ਼ਰਾ ਹਰ ਬੰਦੇ ਨਾਲ ਟੇਸ ਜਿਹੜਾ ਜੋ ਆਪਣਾ ਆ ਕਿਆ ਬਣਿਓ ਪਾਪਿਓ ਐਸੀ ਆਵਾਮ ਕੀ ਪਸੰਦ ਐਸੀ ਆਵਾਮ ਕੀ ਇਨਸ਼ਾਅੱਲਾ ਜੀ ਜੀ ਮਾੜੇ ਦੋਸਤੋ ਜਿੱਥੇ ਸੋ ਦੂਸਰੀਆਂ ਵਰਾਇਟੀਆਂ ਤੱਕੀਆਂ ਜੀ ਉੱਥੇ ਹੁਣ ਸੋ ਵਰਾਇਟੀ ਤੱਕ ਸੋ ਗੋਸ਼ਤ ਆ ਗਈ ਕਿਉਂਕਿ ਮੰਡੇ ਪੱਕਣੇ ਪਏ ਬਾਕੀ ਵਰਾਇਟੀਆਂ ਜਿਹੜੀਆਂ ਪੱਕੀਆਂ ਪਈਆਂ ਉੱਥੇ ਗੋਸ਼ਤ ਨਾ ਹੋਇਆ ਤਾਂ ਉਹ ਕਿਸ ਹਿਸਾਬ ਦੀਆਂ ਸਮਾਂ ਤੱਕ ਦੱਸਾਂ ਜੀ ਇੱਥੇ ਨਜ਼ਰ ਸਿੰਘ ਜੀ ਇਹ ਦੇਖ ਗੋਸ਼ਤਾਂ ਨਹੀਂ ਤਿੰਨ ਤਿਆਰ ਹੋ ਗਏ ਚਾਰ ਮੁਕੰਮਲ ਉਸੇ ਅੰਦਰ ਬਸਣ ਦੇਗੀ ਕਿਤਨਾ ਗੋਸ਼ਤ ਲਾਉਣੇ ਹੋਇਆ 10 ਕਿਲੋ ਇੱਕ ਡੇਗਾ ਵਿੱਚ ਯਾਨੀ ਕਿ ਪੂਰਾ ਜੋ ਜਿਹੜਾ ਹੈ ਸੀ ਅਜੀ ਮਨ ਬੱਕਰਾ ਸੀ ਹੈ ਬੱਕਰੇ ਨਾਲ ਗੋਸ਼ਤੀ ਹੈ ਨਾ ਜੀ ਜੀ ਠੀਕ ਹੋ ਗਿਆ ਜੀ ਪਾਪਾ ਉਸ ਤੱਕ ਹੁਣ ਗੋਟੀਆਂ ਛੋਟੀਆਂ ਕੱਢੀਆਂ ਨੇ ਦੇਖਣੇ ਅੰਦਰ ਪਾਈ ਰਹੇ ਇੱਥੇ ਹੁਣ ਆਲਮੋਸਟ ਜਿਹੜੀਆਂ ਜਗ੍ਹਾ ਹੋਈਆਂ ਨੇ ਜੀ ਉਹ ਤਾਂ ਮੁਕੰਮਲ ਹੋਈਆਂ ਜਿਹੜੀ ਹੁਣ ਕਲੋਜਿੰਗ ਵਗੈਰਾ ਰਹਿਣੀ ਆ ਕਲੋਜਿੰਗ ਵਗੈਰਾ ਕਰਸਾਂ ਫਿਰ ਇਹਨਾਂ ਜਗ੍ਹਾ ਇੱਥਾਂ ਕਿੰਨੀ ਆ ਤਾਂ ਜਿੱਥੇ ਸਾਡਾ ਆਰਡਰ ਹੈ ਜੀ ਉੱਥੇ ਇਹਨਾਂ ਕਿੰਨੀ ਦੱਸਾਂ ਬੈਕ ਸਭ ਤੋਂ ਤੁਹਾਨੂੰ ਤੱਕ ਹੋਇਆ ਹੁਣ ਆਈ ਗਈ ਆ ਜੀ ਗੱਡੀ ਤਾਂ ਗੱਡੀ ਸਾਰਾ ਸਮਾਨ ਜਿਹੜਾ ਹੈ ਜੀ ਉਹ ਹੁਣ ਲੋਡ ਕਰੀ ਦੇ ਗਲਾਸ ਵਗੈਰਾ ਬੋਤਲਾਂ ਸ਼ੋਤਲਾਂ ਜਿਹਾ ਉੱਥੇ ਸਮਾਨ ਦੀ ਜ਼ਰੂਰਤ ਹੈ ਉਹ ਉੱਥੇ ਲੋਡ ਕਰੀ ਦੇ ਚੁੱਲ੍ਹਾ ਚੁੱਲ੍ਹਾ ਚੱਕ ਰਹੇ ਹੋ ਸੋ ਬਾਕੀ ਨਾਲ ਚੱਕ ਰਹੇ ਹੋ ਸੋ ਸਿਲੰਡਰ ਉਹ ਵੀ ਲੋਡ ਹੋ ਗਿਆ ਉਹ ਇਸ ਵਜ੍ਹਾ ਅਸੀਂ ਉੱਥੇ ਲੋਡ ਕੀਤਾ ਹੋਇਆ ਕਿ ਕੁਝ ਚੀਜ਼ਾਂ ਜਿਹੜੀਆਂ ਹਨ ਜੀ ਉੱਥੇ ਠੱਡੀਆਂ ਹੋ ਜਾਣੀਆਂ ਤਾਂ ਬੰਦਾ ਉਹਨਾਂ ਕੀ ਈਜ਼ੀਲੀ ਜਿਹੜਾ ਹੈ ਉਹ ਗਨ ਕਰੀ ਸਕਣਾ ਤਾਂ ਬਾਕੀ ਹੁਣ ਜਗ੍ਹਾ ਸ਼ਗਾ ਵੀ ਲੋਡ ਕੀਤਾ ਗਿਆ ਸਮਾਨ ਜਿਹੜਾ ਹੈ ਜੋ ਸਾਹ ਲੋਡ ਕੀਤਾ ਗਿਆ ਸੀ ਬੈਕ ਸਾਹਿਬ ਸਾਹ ਤੱਕ ਸੋ ਇੱਕ ਹੋਰ ਸਿੰਘ ਗੱਡੀ ਨਜ਼ਰ ਆਈ ਉਸ ਸ਼ਾਹਜ਼ੋਰ ਨਿੱਕੀ ਗੱਡੀ ਆ ਤੁਸੀਂ ਨਿੱਕਾ ਸਮਾਨ ਵਗੈਰਾ ਰੱਖੀ ਆ ਜਾ ਇਹ ਗੱਡੀ ਜਿਹੜੀ ਆਇਆ ਨਾ ਜੀ ਉਹਦਾ ਫੁੱਲ ਲੋਡ ਹੈਗੀ ਆ ਤਿਆਰ ਸ਼ਹਿਰ ਹੈਗੀ ਆ ਉਹਨੇ ਗੱਡੀ ਜਾਸੀ ਹੈ ਅੱਗੇ ਵੈਲੀ ਬਿਠਾ ਵਾਲੀ ਸਾਈਡ ਬਾਕੀ ਦੂਸਰੀ ਗੱਡੀ ਉਸ ਤੱਕ ਸੋ ਡਾਲਾ ਸ਼ਾਲਾ ਜਿਹੜਾ ਆਏ ਉਹ ਖੁੱਲੀ ਆ ਤਾਂ ਬਾਕੀ ਦੇਗਾ ਸੋ ਗਰਸੋਂ ਤੱਕ ਦੇਗਾ ਜਿਹੜੀਆਂ ਆਏ ਉਹ ਹੁਣ ਸਿਆਰੀਆਂ ਤਿਆਰੀਆਂ ਪਾਪਾ ਹੁਣ ਜੁੱਲੇ ਪਾਪੇ ਹੋਣਾਂ ਦੇ ਪਿੱਛੇ ਅਸਾਂ ਵੀ ਜਾਸਾਂ ਕਿਸਾ ਗੱਡੀ ਦੇ ਪਿੱਛੇ ਤਾਂ ਜਿਹੜਾ ਪਾਪਾ ਉਹ ਜਾਸਾਂ ਉੱਥੇ ਅਸਾਂ ਵੀ ਪੁੱਛਦਾ ਤਾਂ ਅਸੀਂ ਮਿਲਣੇ ਹੋਣਾ ਅਗਲੀ ਵੀਡੀਓ ਇਸ ਵੀਡੀਓ ਸੁਣ ਕੇ ਨਏ ਇਜਾਜ਼ਤ ਇਸ ਦੁਆਰਾ ਸਾਡੀ ਖਿਦਮਤ ਇਸੇ ਤਰ੍ਹਾਂ ਅਸਾਂ ਨਈ ਨਈ ਵੀਡੀਓ ਕੋਲ ਹਾਜ਼ਰ ਹੋਣੇ ਅਸਾਂ ਤਦ ਤੱਕ ਦੱਸੋ ਇਜਾਜ਼ਤ ਵੀ ਮਾਨਸਦਾ ਤਾਂ ਬਾਕੀ ਉੱਧਰੋਂ ਵੀ ਬਾਏ ਬਾਏ ਪਾਪਾ ਹੋਰ ਚਲੇ ਗਏ